ਮਹਿੰਦਰਾ ਦੀ ਨਵੀਂ ਗੱਡੀ XUV 700 ਜੋ ਕਿ 2 ਅਕਤੂਬਰ ਯਾਨੀ ਕਿ ਅੱਜ ਦੇ ਦਿਨ ਲਾਂਚ ਕੀਤੀ ਗਈ ਢੰਡਾਰੀ ਖੁਰਦ ਲੁਧਿਆਣਾ ਵਿਖੇ, ਜਿੱਥੇ ਕਿ ਪੰਜਾਬ ਦੇ ਡਿਪਟੀ CM OP ਸੋਨੀ ਮੁੱਖ ਮਹਿਮਾਨ ਵਜੋਂ ਸੱਦੇ ਗਏ ਸਨ ਅਤੇ ਉਹਨਾਂ ਦੇ ਨਾਲ ਆਸ਼ੀਸ਼ ਸ਼ਰਮਾ ਰੀਜਨਲ ਮੈਨੇਜਰ MADM ਅਤੇ ਮਿਸਟਰ ਅਜੇ ਦੀਕਸ਼ਿਤ ਰੀਜਨਲ ਮੈਨੇਜਰ ਸਰਵਿਸ ਮੌਜੂਦ ਸਨ। ਬੜੀ ਚੰਗੀ ਅਤੇ ਵਧੀਆ ਜਿਹੜੀ ਆ ਵਹੀਕਲ ਜੇ ਗੱਡੀ ਜਿਹੜੀ ਆ ਇਹ ਲੋਕਾਂ ਨੂੰ ਬਹੁਤ ਵੱਡਾ ਬੈਨੀਫਿਟ ਹੋਏਗਾ। ਇੱਕ ਤਾਂ ਇਸ ਗੱਡੀ ਦੀ ਐਵਰੇਜ ਬਹੁਤ ਆ, ਦੂਸਰੀ ਬੜੀ ਮਜ਼ਬੂਤ ਇਹ ਗੱਡੀ ਆ।